ओम शांति 25 नवंबर 2021 बाबा इक्की बाबा मुरली बाबा ने किया मीठे बच्चे दी तकदीर ऊंच बनानी है तो रूहानी सेवा का शौक रखो सबनों ज्ञान धन दान करते रहो मीठे बच्चे दी तकदीर ऊंच बनानी है तो रूहानी दा ਸ਼ੌਂਕ ਰੱਖੋ ਸਭ ਨੂੰ ਗਿਆਨ ਧਨ ਦਾ দান ਕਰਦੇ ਰਹੋ ਫਿਰ ਪ੍ਰਸ਼ਨ ਹੈ ਰੋਹਾਨੀ ਬਾਪ ਇਹੋ ਜੀ ਕਿਹੜੀ ਸ਼੍ਰੀਮਤ ਦਿੰਦੇ ਹੈ ਜੋ ਅੱਜ ਕੱਲ ਦੇ ਮਨੁਸ਼ੇ ਕਿਸੇ ਨੂੰ ਦੇ ਨਹੀਂ ਸਕਦੇ ਰੋਹਾਨੀ ਬਾਪ ਇਹੋ ਜੀ ਕਿਹੜੀ ਸ਼੍ਰੀਮਤ ਦਿੰਦੇ ਹੈ ਜਿਹੜੀ ਕਿ ਅੱਜ ਤੱਕ ਕਿਸੇ ਮਨੁਸ਼ੀਏ ਨੇ ਨਹੀਂ ਦਿੱਤੀ ਉੱਤਰ ਹੈ हे ਰੋਹਾਨੀ ਬੱਚੋ ਤੁਸੀਂ ਰੋਹਾਨੀ ਸੇਵਾ ਵਿੱਚ دھਧੀਚੀ ॠषि ਦੀ ਤਰ੍ਹਾਂ ਹੱਡੀਆਂ ਦੋ ਬਾਪ ਨੇ ਬਾਪ ਨੇ ਜੋ ਅਵినాਸ਼ੀ ਗਿਆਨ ਰਤਨ ਮਿਲਦੇ ਨੇ ਉਹਨਾਂ ਦਾ ਦਾਨ ਕਰੋ 바ਵਾ ਕੀ ਕਹਿੰਦੇ ਐ ਵੀ ਭਗਵਾਨ ਤੋਂ ਸਾਨੂੰ ਜਿਹੜੇ ਅਵినాਸ਼ੀ ਗਿਆਨ ਰਤਨ ਮਿਲਦੇ ਹੈ ਉਹਦਾ ਦਾਨ ਕਰੋ ਇਹੀ ਹੈ ਸੱਚੀ ਸੇਵਾ ਇਹੋ ਜੀ ਸੇਵਾ ਕਰਨ ਦੀ ਮਤ ਕੋਈ ਵੀ ਮਨੁਸ਼ੀ ਨਹੀਂ ਦੇ ਸਕਦਾ ਰੋਹਾਨੀ ਸੇਵਾ ਕਰਨ ਵਾਲੇ ਖੁਸ਼ੀ ਵਿੱਚ ਨੱਚਦੇ ਰਹਿਣਗੇ ਤਕਦੀਰ ਉੱਚ ਬਣਦੀ ਜਾਏਗੀ ਗੀਤ ਹੈ ਬਦਲ ਜਾਏ ਦੁਨੀਆ ਨਾ ਬਦਲेंगे ਅਸੀਂ ਓਮ ਸ਼ਾਂਤੀ ਬੱਚਿਆਂ ਨੇ ਗੀਤ ਦੀ ਦੋ ਲਾਈਨ ਸੁਣੀ ਉਹਨਾਂ ਨੇ ਤਾਂ ਗੀਤ ਬਣਾ ਦਿੱਤਾ ਹੈ ਜਿਵੇਂ ਕੋਈ ਕੋਈ ਦੀ ਸਗਾਈ ਹੁੰਦੀ ਹੈ ਤਾਂ ਇਹ ਪੱਕਾ ਹੈ ਕਿ ਇਸਤਰੀ ਪੁਰਸ਼ ਕਦੇ ਇੱਕ ਦੋ ਨੂੰ ਛੱਡਣਗੇ ਨਹੀਂ ਕੋਈ ਵਿਰਲਾ ਇਹੋ ਜਿਹਾ ਹੁੰਦਾ ਹੈ ਜੋ ਆਪਸ ਵਿੱਚ ਨਹੀਂ ਬੰਦੀ ਤਾਂ ਛੱਡ ਵੀ ਦਿੰਦੇ ਨੇ ਇੱਥੇ ਵੀ ਤੁਸੀਂ ਬੱਚੇ ਕਿਹਦੇ ਨਾਲ ਪ੍ਰਤੀਗਿਆ ਕਰਦੇ ਹੋ ਈਸ਼ਵਰ ਦੇ ਨਾਲ ਜਿਹਦੇ ਨਾਲ ਤੁਸੀਂ ਬੱਚਿਆਂ ਦੀ ਤੇ ਸੱਜਣੀਆਂ ਦੀ ਸਗਾਈ ਹੋਈ ਹੈ ਪਰੰਤੂ ਇਹੋ ਜਿਹਾ ਜੋ ਵਿਸ਼ਵ ਦਾ ਮਾਲਿਕ ਬਣਾਉਂਦੇ ਨੇ ਉਹਨਾਂ ਨੂੰ ਵੀ ਛੱਡ ਦਿੰਦੇ ਨੇ ਇੱਥੇ ਤੁਸੀਂ ਬੱਚੇ ਬੈਠੇ ਹੋ ਤੁਸੀਂ ਜਾਣਦੇ ਹੋ ਕਿ ਹੁਣ ਬੇहद ਦਾ ਬਾਪ ਦਾਦਾ ਆਇਆ ਕੀ ਆਇਆ ਇਹ ਅਵਸਥਾ ਜੋ ਤੁਹਾਡੀ ਇੱਥੇ ਰਹਿੰਦੀ ਹੈ ਬਾਹਰ ਸੈਂਟਰ ਤੇ ਹੋ ਨਾ ਸਕੇ ਇੱਥੇ ਤੁਸੀਂ ਸਮਝੋਗੇ ਕਿ ਬਾਪ ਦਾਦਾ ਆਇਆ ਕਿ ਆਇਆ ਬਾਹਰ ਸੈਂਟਰ ਤੇ ਸਮਝਣਗੇ ਕਿ ਬਾਬਾ ਦੀ বাজਾਈ ਹੋਈ ਮੁਰਲੀ ਆਈ ਕਿ ਆਈ ਇੱਥੇ ਤੇ ਉੱਥੇ ਵਿੱਚ ਬਹੁਤ ਫਰਕ ਰਹਿੰਦਾ ਹੈ ਕਿਉਂਕਿ ਬੇहद ਦਾ ਕਿਉਂਕਿ ਇੱਥੇ ਬੇहद ਦੇ ਬਾਪ ਦਾਦਾ ਦੇ ਤੁਸੀਂ ਸਨਮੁਖ ਬੈਠ ਸੁਣਦੇ ਹੋ ਇੱਥੇ ਤੁਸੀਂ ਸਨਮੁਖ 바ਵਾ ਕਹਿੰਦੇ ਉੱਥੇ ਤੁਸੀਂ ਸਨਮੁਖ ਨਹੀਂ ਹੋ ਜਾਣੇ ਹੋ ਕਿ ਸਨਮੁਖ ਜਾ ਕੇ ਮੁਰਲੀ ਸੁਣੀਏ ਇੱਥੇ ਤਾਂ 바ਵਾ ਕਹਿੰਦੇ ਬੱਚਿਆਂ ਦੀ ਬੁੱਧੀ ਵਿੱਚ ਆਇਆ ਕਿ 바ਵਾ ਆਇਆ ਕੀ ਆਇਆ ਜਿਵੇਂ ਔਰ satsang ਹੁੰਦੇ ਨੇ ਉੱਥੇ ਦਾ ਸਮਝਣਗੇ ਫਲਾਨਾ ਸੁਆਮੀ ਆਊਗਾ ਪਰੰਤੂ ਇਹ ਇਹ ਖਿਆਲات ਵੀ ਸਾਰਿਆਂ ਦਾ ਇੱਕ ਰਸ ਨਹੀਂ ਹੁੰਦਾ ਕੋਈ ਨੂੰ ਸੰਬੰਧੀ ਯਾਦ ਆਊਗਾ ਬੁੱਧੀ ਇੱਕ ਗੁਰੂ ਦੇ ਨਾਲ ਵੀ ਠਹਿਰਦੀ ਨਹੀਂ ਹੈ ਕੋਈ ਵਿਰਲਾ ਹੀ ਹੋਏਗਾ ਜੋ ਸਵਾਮੀ ਦੀ ਯਾਦ ਵਿੱਚ ਬੈਠਿਆ ਹੋਏਗਾ ਇੱਥੇ ਵੀ ਐਵੇਂ ਹੈ ਇਸ ਤਰ੍ਹਾਂ ਨਹੀਂ ਕਿ ਸਭ ਸ਼ਿਵ ਬਾਬਾ ਦੀ ਯਾਦ ਵਿੱਚ ਰਹਿੰਦੇ ਨੇ ਬੁੱਧੀ ਦੌੜਦੀ ਰਹਿੰਦੀ ਨੇ ਮਿੱਤਰ ਸੰਬੰਧੀ ਯਾਦ ਆ ਜਾਂਦੇ ਨੇ ਸਾਰਾ ਸਮੇਂ ਇਕ ਹੀ ਸ਼ਿਵ ਬਾਬਾ ਦੇ ਸੰਮੁਖ ਰਹਿਣ ਵਿੱਚ ਤਾਂ ਉਹ ਸੋਭਾਗੇ ਸਥਾਈ ਯਾਦ ਵਿੱਚ ਕੋਈ ਵਿਰਲਾ ਹੀ ਰਹਿੰਦੇ ਨੇ ਇੱਥੇ ਸ਼ਿਵ ਬਾਬਾ ਦੇ ਸੰਮੁਖ ਰਹਿਣ ਵਿੱਚ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਅਤਿੰਦਰੀਏ ਸੁਖ ਗੋਪੀ ਵੱਲਵ ਦੀ ਗੋਪ ਗੋਪੀਆਂ ਤੋਂ ਪੁੱਛੋ ਤੁਸੀਂ ਬਾਬਾ ਕਹਿੰਦੇ ਇਹ ਇੱਥੋਂ ਦਾ ਗਾਇਆ ਹੋਇਆ ਹੈ ਇੱਥੇ ਤੁਸੀਂ ਬਾਬਾ ਦੀ ਯਾਦ ਵਿੱਚ ਬੈਠੇ ਹੂੰ ਜਾਣਦੇ ਹੂੰ ਕਿ ਹੁਣ ਅਸੀਂ ਈਸ਼ਵਰ ਦੇ ਬਨੇ ਹਾਂ ਫਿਰ ਦੇਵੀ ਗੋਦ ਵਿੱਚ ਹੋਵਾਂਗੇ ਭਲ ਕੋਈ ਦੀ ਬੁੱਧੀ ਵਿੱਚ ਸਰਵਿਸ ਦੇ ਖਿਆਲ ਆਤ ਚੱਲਦੇ ਨੇ ਇਸ ਚਿੱਤਰ ਵਿੱਚ ਇਹ ਕਰੈਕਸ਼ਨ ਕਰੀਏ ਇਹ ਲਿਖੀਏ ਪਰੰਤੂ ਅੱਛੇ ਬੱਚੇ ਹੋਣਗੇ ਤਾਂ ਸਮਝਣਗੇ ਕਿ ਹੁਣ ਤਾਂ ਬਾਪ ਤੋਂ ਹੀ ਸੁਣਨਾ ਹੈ ਤਾ ਔਰ ਕੋਈ ਸੰਕਲਪ ਆਨ ਨਹੀਂ ਦੇਣਗੇ ਬਾਪ ਗਿਆਨ ਰਤਨਾ ਨਾਲ ਝੋਲੀ ਭਰਨ ਆਇਆ ਹੈ ਤਬ ਬਾਪ ਨਾਲ ਹੀ ਬੁੱਧੀ ਯੋਗ ਲਗਾਣਾ ਹੈ ਨੰਬਰ ਵਾਰ ਧਾਰਨਾ ਕਰਨ ਵਾਲੇ ਜੋ ਹੁੰਦੇ ਨਹੀਂ ਕੋਈ ਤਾਂ ਅੱਛੀ ਰੀਤੀ ਧਾਰਨਾ ਕਰਦੇ ਨੇ ਕੋਈ ਘੱਟ ਧਾਰਨ ਕਰਦੇ ਨੇ ਬੁੱਧੀ ਯੋਗ ਔਰ طرف ਦੌੜਦਾ ਰਹੂਗਾ ਤ ਧਾਰਨਾ ਹੁੰਦੀ ਨਹੀਂ ਕੱਚੇ ਹੋ ਜਾਣਗੇ ਇੱਕ ਦੋ ਵਾਰ ਮੁਰਲੀ ਸੁਣੀ ਧਾਰਨਾ ਨਹੀਂ ਹੋਈ ਤਾਂ ਆਦਤ ਪੱਕੀ ਹੋ ਜਾਂਦੀ ਹੈ ਫਿਰ ਕਿੰਨਾ ਵੀ ਸੁਣਦਾ ਰਹੇਗਾ ਧਾਰਨਾ ਹੁੰਦੀ ਨਹੀਂ ਕਿਸੇ ਨੂੰ ਸੁਣਾ ਨਹੀਂ ਸਕਾਂਗੇ ਜਿਨ੍ਹਾਂ ਨੂੰ ਧਾਰਨਾ ਹੋਏਗੀ ਉਹਨਾਂ ਨੂੰ ਸਰਵਿਸ ਦਾ ਵੀ ਸ਼ੌਕ ਹੁੰਦਾ ਹੈ ਉੱਛਲਦਾ ਰਹੂਗਾ ਜਾ ਕੇ ਗਿਆਨ ਧਨ দান ਕਰਾਂ ਕਿਉਂਕਿ ਇਹ ਤਨ ਇੱਕ ਬਾਪ ਤੋਂ ਸਿਵਾਏ ਔਰ ਕਿਸੇ ਦੇ ਕੋਲ ਹੈ ਹੀ ਨਹੀਂ ਬਾਪ ਇਹ ਵੀ ਜਾਣਦੇ ਨੇ ਕਿ ਸਭ ਨੂੰ ਤਾਂ ਧਾਰਨਾ ਹੋ ਨਾ ਸਕੇ ਸਭ ਇੱਕ ਰਸ ਉੱਚ ਪਦ ਪਾ ਨਹੀਂ ਸਕਦੇ ਐਸ ਲਈ ਬੁੱਧੀ ਔਰ ਤਰਫ ਪਟਕਦੀ ਰਹਿੰਦੀ ਹੈ ਭਵਿष्य ਤਕਦੀਰ ਇੰਨੀ ਉੱਚ ਬਣ ਨਹੀਂ ਸਕਦੀ ਹੈ ਫਿਰ ਕੋਈ ਸਥੂਲ ਸਰਵਿਸ ਵਿੱਚ ਆਪਦੀ ਹੱਡੀਆਂ ਦਿੰਦੇ ਨੇ ਸਾਰਿਆਂ ਨੂੰ ਰਾਜੀ ਕਰਦੇ ਨੇ ਜਿਵੇਂ ਭੋਜਨ ਪਕਾਉਂਦੇ ਹੈ ਖਿਲਾਉਂਦੇ ਹੈ ਇਹ ਵੀ ਸਬਜੈਕਟ ਹੈ ਨਾ ਸਰਵਿਸ ਦਾ ਜਿਨ੍ਹਾਂ ਨੂੰ ਸ਼ੌਂਕ ਹੋਏਗਾ ਉਹ ਮੁੱਖ ਤੋਂ ਕੈਨ ਬਿਨਾ ਰਹਿ ਨਹੀਂ ਸਕਦਾ ਫਿਰ ਬਾਬਾ ਦੇਖਦੇ ਵੀ ਹੈ ਕਿ ਕਿਤੇ ਦੇ ಅಭಿಮಾನਤਾ ਨਹੀਂ ਹੈ ਵੱਡੇ ਦਾ ਰਿਗਾਰਡ ਰੱਖਦੇ ਨੇ ਜਾਂ ਨਹੀਂ ਵੱਡੇ ਮਹਾਰਥੀਆਂ ਦਾ ਰਿਗਾਰਡ ਤਾਂ ਰੱਖਣਾ ਹੀ ਹੁੰਦਾ ਹੈ ਨਾ ਹਾਂ ਪਾਵਾ ਕਹਿੰਦੇ ਕੋਈ ਛੋਟਾ ਵੀ ਹੁਸ਼ਿਆਰ ਹੋ ਜਾਂਦਾ ਨਹੀਂ ਤਾਂ ਹੋ ਸਕਦਾ ਹੈ ਕਿ ਵੱਡੇ ਨੂੰ ਉਹਦਾ ਰਿਗਾਰਡ ਰੱਖਣਾ ਪਵੇ ਕਿਉਂਕਿ ਬੁੱਧੀ ਉਹਨਾਂ ਦੀ ਗੈਲਪ ਕਰ ਲੈਂਦੀ ਹੈ ਸਰਵਿਸ ਦਾ ਸ਼ੌਂਕ ਦੇਖ ਬਾਪ ਤਾਂ ਖੁਸ਼ ਹੁੰਦਾ ਹੈ ਨਾ ਇਹ ਅੱਛੀ ਸਰਵਿਸ ਕਰਨਗੇ ਸਾਰਾ ਦਿਨ ਪਰ ਦਰਸ਼ਨੀ ਸਮਝਾਂ ਦੀ ਵੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਪ੍ਰਜਾ ਵੀ ਤਾਂ ਢੇਰ ਬਨਣੀ ਹੈ ਨਾ। ਲੱਖਾ 바ਵਾ ਕਹਿੰਦੇ ਪ੍ਰਜਾ ਚਾਹੀਦੀ ਹੈ। ਔਰ ਤਾਂ ਕੋਈ ਉਪਾਏ ਹੈ ਹੀ ਨਹੀਂ। ਸੂर्यवंशी, ਚੰਦਰਵੰਸ਼ੀ, ਰਾਧਾ ਰਾਣੀ, ਪ੍ਰਜਾ ਸਭ ਐਥੇ ਹੀ ਬਨਨੇ ਨੇ। ਤਾਂ ਕਿੰਨੀ ਸਰਵਿਸ ਕਰਨੀ ਚਾਹੀਦੀ ਹੈ? ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਅਸੀਂ ਹੁਣ ਬ੍ਰਾਹਮਣ ਬਣੀ ਹਾਂ। ਘਰ ਘਰਸ ਵਿੱਚ ਰਹਿਣ ਨਾਲ ਹਰ ਇੱਕ ਦੀ ਅਵਸਥਾ ਆਉਦੀ ਰਹਿੰਦੀ ਹੈ ਘਰ-ਬਾਰ ਨੂੰ ਤਾਂ ਛੱਡਣਾ ਨਹੀਂ ਹੈ ਤਾਂ 바ਵਾ ਕਹਿੰਦੇ ਨੇ ਘਰ ਵਿੱਚ ਭਲੇ ਰਹੋ ਪਰੰਤੂ ਬੁੱਧੀ ਵਿੱਚ ਇਹ ਨਿਸ਼ਚੈ ਰੱਖਣਾ ਹੈ ਕਿ ਇਹ ਪੁਰਾਣੀ ਦੁਨੀਆ ਖਤਮ ਹੋਈ ਪਈ ਹੈ ਸਾਡਾ ਹੁਣ ਬਾਪ ਦੇ ਨਾਲ ਕੰਮ ਹੈ ਇਹ ਵੀ ਜਾਣਦੇ ਹਾਂ ਕਿ ਕਲ ਪਹਿਲੇ ਜਿਨ੍ਹਾਂ ਨੇ ਇਹ ਗਿਆਨ ਲਿੱਤਾ ਸੀ ਉਹੀ ਲੈਣਗੇ ਸੈਕਿੰਡ ਬਾਈ ਸੈਕਿੰਡ ਹੂ ਬੈ ਹੂ ਰਿਪੀਟ ਹੋ ਰਿਹਾ ਹੈ ਆਤਮਾ ਵਿੱਚ ਗਿਆਨ ਹੈ ਨਾ ਬਾਪ ਦੇ ਕੋਲ ਵੀ ਗਿਆਨ ਹੈ ਤੁਸੀਂ ਬੱਚਿਆਂ ਨੂੰ ਵੀ ਬਾਪ ਜਿਹੋ ਜਿਹਾ ਬੰਨਾ ਹੈ ਪੁਆਇੰਟ ਧਾਰਨ ਕਰਨੀ ਹੈ ਸਬ ਪੁਆਇੰਟ ਇੱਕ ਨਾਲ ਨਹੀਂ ਸਮਝਾਈ ਜਾਂਦੀ ਲਕਸ਼ਯ ਪੱਕਾ ਰੱਖਿਆ ਜਾਂਦਾ ਹੈ ਵਿਨਾਸ਼ ਵੀ ਸਾਹਮਣੇ ਖੜਾ ਹੈ ਇਹੀ ਉਹੀ ਵਿਨਾਸ਼ ਹੈ ਸਤਿਯੁਗ ਤ੍ਰੇਤਾ ਵਿੱਚ ਕੋਈ ਲੜਾਈ ਆਦੀ ਹੁੰਦੀ ਨਹੀਂ ਹੈ ਉਹ ਤਾਂ ਬਾਦ ਵਿੱਚ ਜਦੋਂ ਬਹੁਤ ਧਰਮ ਹੁੰਦੇ ਨੇ ਲਸ਼ਕਰ ਵੱਡੇ ਹੁੰਦੇ ਨੇ ਤਾਈਂ ਉਹ ਲੜਾਈ ਸ਼ੁਰੂ ਹੁੰਦੀ ਹੈ ਪਹਿਲੇ ਪਹਿਲੇ ਆਤਮਾਵਾਂ ਸਤੋ ਪ੍ਰਧਾਨ ਤੋਂ ਉਤਰਦੀਆਂ ਨੇ ਫਿਰ ਸਤੂ ਰਜੋ ਤਮੋ ਵਿੱਚ ਆਂਦੀਆਂ ਨੇ ਇਹ ਸਭ ਬੁੱਧੀ ਵਿੱਚ ਰੱਖਣਾ ਹੈ ਕਿ ਕਿਵੇਂ ਰਾਜਧਾਨੀ ਸਥਾਪਨ ਹੋ ਰਹੀ ਹੈ ਇੱਥੇ ਬੈਠੇ ਹਾਂ ਤਾਂ ਵੀ ਬੁੱਧੀ ਵਿੱਚ ਰੱਖਣਾ ਹੈ ਕਿ ਸ਼ਿਬਾਵਾ ਆ ਕੇ ਸਾਨੂੰ ਖਜ਼ਾਨਾ ਦਿੰਦੇ ਨੇ ਜਿਹਨੂੰ ਬੁੱਧੀ ਵਿੱਚ ਧਾਰਨ ਕਰਨਾ ਹੈ ਅੱਛੇ ਅੱਛੇ ਬੱਚੇ ਤਾਂ ਨੋਟਸ ਲੈਂਦੇ ਨੇ ਨੋਟਸ ਲੈਣਾ ਅੱਛਾ ਹੈ ਤਾਂ ਕਿ ਬੁੱਧੀ ਵਿੱਚ ਟੋਪਿਕ ਆਏ ਅੱਜ ਇਸ ਟੋਪਿਕ ਤੇ ਸਮਝਾਵਾਂਗੇ ਬਾਪ ਕਹਿੰਦੇ ਨੇ ਅਸੀਂ ਤੁਹਾਨੂੰ ਕਿੰਨਾ ਖਜ਼ਾਨਾ ਦਿੱਤਾ ਸੀ ਸਤਿਉਪਤ ਰੇਤਾ ਵਿੱਚ ਤੁਹਾਡੇ ਕੋਲ ਅਥਾ ਤਨ ਸੀ ਫਿਰ ਵਾਮ ਮਾਰਗ ਵਿੱਚ ਜਾਣ ਨਾਲ ਘਟ ਹੁੰਦਾ ਗਿਆ ਖੁਸ਼ੀ ਵੀ ਘਟ ਹੁੰਦੀ ਗਈ ਕੁਛ ਨਾ ਕੁਛ ਵੀ ਕਰਮ ਹੋਣ ਲੱਗੇ ਉਤਰਦੇ ਉਤਰਦੇ ਕਲਾਵਾਂ ਘਟ ਹੁੰਦੀਆਂ ਜਾਂਦੀਆਂ ਨੇ ਸਤੋ ਪ੍ਰਦਾਨ ਤੋਂ ਸਤੂ ਰਜੋ ਤਮੋ ਦੀ ਸਟੇਜਸ ਹੁੰਦੀ ਹੈ ਨਾ ਸਤੋ ਤੋਂ ਰਜੋ ਵਿਚਾਂਦੇ ਹਾਂ ਤਾਂ ਇਸ ਤਰ੍ਹਾਂ ਨਹੀਂ ਕਿ ਫਟ ਆ ਜਾਂਦੇ ਹਾਂ ਤਮੋ ਪ੍ਰਧਾਨ ਵਿੱਚ ਹੀ ਆਇਸਤੇ ਆਇਸਤੇ ਉਤਰਦੇ ਹੋਮ ਤਾਂ ਉਸ ਵਿੱਚ ਵੀ ਸਤੋ ਰਜੋ ਤਮੋ ਸਟੇजेस ਆਏਗੀ ਫਟ ਨਾਲ ਤਮੋ ਪ੍ਰਧਾਨ ਨਹੀਂ ਬੰਦੇ ਧੀਰੇ ਧੀਰੇ ਸੀੜੀ ਉਤਰਨੀ ਹੁੰਦੀ ਹੈ ਕਲਾ ਘਟ ਹੁੰਦੀਆਂ ਜਾਂਦੀਆਂ ਨਹੀਂ ਹੁਣ ਤਾਂ ਜੰਪ ਲਗਾਉਣਾ ਹੈ ਤਮੋ ਪ੍ਰਧਾਨ ਤੋਂ ਹੀ ਸਤੋ ਪ੍ਰਧਾਨ ਬੰਨਣਾ ਹੈ ਐਦੇ ਲਈ ਟਾਈਮ ਬਾਕੀ ਥੋੜਾ ਹੈ ਗਾਇਆ ਵੀ ਹੋਇਆ ਨਹੀਂ ਚੜੇ ਤਾਂ ਚਾਖੇ ਬੈਕੁੰਠ ਰਸ ਕਾਮ ਦੀ ਚਮਾਟ ਲੱਗਦੀ ਹੈ ਤਾਂ ਇੱਕਦਮ ਚੱਕਨਾਚੂਰ ਹੋ ਜਾਂਦੇ ਨੇ ਹੱਡ ਗੁੱਡ ਟੁੱਟ ਜਾਂਦੇ ਨੇ ਜਿਵੇਂ ਕੋਈ ਮਨੁੱਖੀ ਆਪ ਦਾ ਜੀਵ ਘਾਤ ਕਰਦਾ ਨਹੀਂ ਆਤਮਘਾਤ ਤਾਂ ਨਹੀਂ ਹੁੰਦਾ ਜੀਵ ਘਾਤ ਕਿਹਾ ਜਾਂਦਾ ਹੈ ਇੱਥੇ ਵੀ 바ਵਾ ਕਹਿੰਦੇ ਆਤਮਾ ਦਾ ਘਾਤ ਹੋ ਜਾਂਦਾ ਹੈ ਕੀ ਕਮਾਈ ਸਾਰੀ ਖਤਮ ਹੋ ਜਾਂਦੀ ਹੈ ਇੱਥੇ ਤਾਂ ਬਾਪ ਤੋਂ ਵਰਸਾ ਪਾਣਾ ਹੈ ਬਾਪ ਨੂੰ ਯਾਦ ਕਰਨਾ ਹੈ ਕਿਉਂਕਿ ਬਾਪ ਤੋਂ ਬਾਸ਼ਾਈ ਮਿਲਦੀ ਹੈ ਆਪਦੇ ਤੋਂ ਪੁੱਛਣਾ ਹੈ ਕਿ ਅਸੀਂ ਬਾਪ ਨੂੰ ਯਾਦ ਕਰ ਕਿੰਨੀ ਭਵਿੱਖਿਆ ਦੇ ਲਈ ਕਮਾਈ ਕੀਤੀ ਕਿੰਨੇ ਅੰਧਿਆਂ ਦੀ ਲਾਠੀ ਬਣੀ ਘਰ ਘਰ ਵਿੱਚ ਪੇਗਾਮ ਦੇਣਾ ਹੈ ਕਿ ਇਹ ਪੁਰਾਣੀ ਦੁਨੀਆ ਬਦਲ ਰਹੀ ਹੈ ਬਾਪ ਨਈ ਦੁਨੀਆ ਦੇ ਲਈ ਰਾਯੋਗ ਸਿਖਾ ਰਹੇ ਨੇ ਸਿੜੀ ਵਿੱਚ ਦਿਖਾਇਆ ਹੈ ਇਹ ਬਣਾਉਣ ਵਿੱਚ ਮਿਹਨਤ ਲੱਗਦੀ ਹੈ ਸਾਰਾ ਦਿਨ ਖਿਆਲਾਤ ਚੱਲਦਾ ਰਹਿੰਦਾ ਹੈ ਕਿ ਇਸ ਤਰ੍ਹਾਂ ਸਹਿਜ ਬਣਾਈਏ ਜੋ ਕੋਈ ਸਮਝ ਜਾਵੇ ساری ਦੁਨੀਆ ਤਾਂ ਨਹੀਂ ਆਉਗੀ ਦੇਵੀ ਦੇਵਤਾ ਧਰਮ ਵਾਲੇ ਹੀ ਆਣਗੇ ਤੁਹਾਡੀ ਸਰਵਿਸ ਬਹੁਤ ਚਲਣੀ ਹੈ ਤੁਸੀਂ ਜਾਣਦੇ ਹੋ ਸਾਡਾ ਕਲਾਸ ਕਦੋਂ ਤੱਕ ਚੱਲੂਗਾ ਉੱਥੇ ਤਾਂ ਲੱਖਾਂ ਵਰਸ਼ ਕਲਪ ਦੀ ਆਇਉ ਸਮਝਦੇ ਨੇ ਤਾਂ ਸ਼ਾਸਤਰ ਆਦਿ ਹੀ ਸੁਣਾਉਂਦੇ ਰਹਿੰਦੇ ਨੇ ਸਮਝਦੇ ਨੇ ਕਿ ਜਦੋਂ ਅੰਤ ਹੋਏਗਾ ਤਾਂ ਸਭ ਦੀ ਤਾਂ ਸਾਰਿਆਂ ਦਾ ਸਦਗਤੀ ਆਏਗਾ ਸਦਗਤੀ ਦਾਤਾ ਆਊਗਾ ਫਿਰ ਜੋ ਜੋ ਸਾਡੇ ਚੇਲੇ ਹੈ ਉਹਨਾਂ ਦੀ ਗਤੀ ਹੋ ਜਾਊਗੀ ਫਿਰ ਅਸੀਂ ਵੀ ਜਾ ਕੇ ਜੋਤੀ ਵਿੱਚ ਸਮਾ ਜਾਵਾਂਗੇ ਪਰੰਤੂ ਇਹੋ ਜਿਹਾ ਹੈ ਨਹੀਂ ਤੁਸੀਂ ਜਾਣਦੇ ਹੋ ਕਿ ਅਸੀਂ ਅਮਰ ਬਾਪ ਦੁਆਰਾ ਸੱਚੀ ਸੱਚੀ ਅਮਰ ਕਥਾ ਸੁਣ ਰਹੇ ਹਾਂ ਤਾਂ ਅਮਰ 바ਵਾ ਜੋ ਕਹਿੰਦੇ ਨੇ ਉਹ ਮੰਨਣਾ ਵੀ ਚਾਹੀਦਾ ਨੇ ਸਿਰਫ ਕਹਿੰਦੇ ਨੇ ਮੈਨੂੰ ਯਾਦ ਕਰੋ ਤੇ ਪਵਿੱਤਰ ਬਣੋ ਨਹੀਂ ਤਾਂ ਬਹੁਤ ਸਜਾਵਾਂ ਖਾਨੀਆਂ ਪੈਣੀਆਂ ਪਦ ਵੀ ਭ੍ਰਸ਼ਟ ਹੋ ਜਾਊਗਾ ਸਰਵਿਸ ਵਿੱਚ ਮਿਹਨਤ ਕਰਨੀ ਹੈ ਅੱਛਾ ਮਿੱਠੇ-ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਜਿਹਨੂੰ ਯਾਦ ਪਿਆਰ ਗੁੱਡ ਮਾਰਨਿੰਗ ਤੇ ਨਮਸਤੇ ਸ਼ੁਕਰੀਆ ਬਾਪਾ ਸ਼ੁਕਰੀਆ ਧਾਰਨਾ ਦੇ ਲਈ ਮੁੱਖਿਆਸਾਰ ਹੈ ਪਹਿਲਾ ਹੈ ਆਪਸ ਵਿੱਚ ਇੱਕ ਦੂ ਦਾ ਰਿਗਾਰਡ ਰੱਖਣਾ ਹੈ ਸਰਵਿਸ ਦਾ ਬਹੁਤ-ਬਹੁਤ ਸ਼ੌਂਕ ਰੱਖਣਾ ਹੈ ਗਿਆਨ ਰਤਨਾ ਨਾਲ ਆਪਦੀ ਝੋਲੀ ਭਰ ਕੇ ਫਿਰ ਉਹਦਾ দান ਕਰਨਾ ਹੈ ਦੂਸਰਾ ਇੱਕ ਬਾਪ ਤੋਂ ਹੀ ਸੁਣਨ ਦਾ ਸੰਕਲਪ ਰੱਖਣਾ ਹੈ ਦੂਸਰੀ ਖਿਆਲਾਂਤਾਂ ਵਿੱਚ ਬੁੱਧੀ ਨੂੰ ਪਟਕਾਣਾ ਨਹੀਂ ਹੈ ਵਰਦਾਨ ਹੈ ਈਸ਼ਵਰੀਏ ਅਥੋਰਟੀ ਦੁਆਰਾ ਸੰਕਲਪ ਤੇ ਬੁੱਧੀ ਨੂੰ ਆਰਡਰ ਪਰਮਾਨ ਚਲਾਣ ਵਾਲੇ ਮਾਸਟਰ ਸਰਵਸ਼ਕਤੀ ਵਾਨਭਵ ਈਸ਼ਵਰੀਏ ਅਥੋਰਟੀ ਦੁਆਰਾ ਸੰਕਲਪ ਤੇ ਬੁੱਧੀ ਨੂੰ ਆਰਡਰ ਪਰਮਾਨ ਚਲਾਣ ਵਾਲੇ ਮਾਸਟਰ ਸਰਵਸ਼ਕਤੀ ਵਾਨਭਵ ਜਿਵੇਂ ਸਥੁਲ ਹੱਥ ਤੇ ਪਾਉ ਨੂੰ ਬਿਲਕੁਲ ਸਹਿਜ ਰੀਤੀ ਜਿੱਥੇ ਚਾਹਾਂ ਉੱਥੇ ਚਲਾਣੇ ਹੋ ਜਿਵੇਂ ਕਰਮ ਵਿੱਚ ਲਗਾਉਂਦੇ ਹਾਂ ਉਸੇ ਤਰ੍ਹਾਂ ਸੰਕਲਪ ਤੇ ਬੁੱਧੀ ਨੂੰ ਜਿੱਥੇ ਲਗਾਉਣਾ ਚਾਹੋ ਉੱਥੇ ਲਗਾ ਸਕਦੇ ਹਾਂ ਇਸ ਨੂੰ ਕਹਿੰਦੇ ਨੇ ਈਸ਼ਵਰੀਏ ਅਥੋਰਟੀ ਜਿਵੇਂ ਵਾਨੀ ਵਿੱਚ ਆਣਾ ਸਹਿਜ ਹੈ ਵੈਸੇ ਵਾਨੀ ਤੋਂ ਪਰੇ ਜਾਣਾ ਵੀ ਇੰਨਾ ਹੀ ਸਹਿਜ ਹੋ ਜਾਏ ਇਸੇ ਅਭਿਆਸ ਨਾਲ ਸ਼ਕਸ਼ਾਤਕਾਰ ਮੂਰਤ ਬਣਾਂਗੇ ਤਾਂ ਹੁਣ ਇਸ ਅਭਿਆਸ ਨੂੰ ਸਹਿਜ निरंत्र बनाओ ताइयो कहे मास्टर सर्वशक्तिवान भव स्लोगन है स्वस्थिति शक्तिशाली परिस्थिति वो अगे कुछ भी नहीं है बाबा कहें अगर स्वस्थिति शक्तिशाली है तो परिस्थिति वोदे कुछ भी नहीं है अच्छा ओम शांति